ਇੱਕ ਦੁੱਖ ਤਾਂ ਹੁੰਦਾ ਹੀ ਹੈ, ਪਰ ਹਰੀ ਸਿੰਘ ਟੋੜਾ ਜੀ ਜਿਸ ਟਾਈਮ ਗਏ ਹੈ ਤਾਂ ਮੇਰੇ ਸਾਨੂੰ ਤਾਂ ਖੁਦ ਨਹੀਂ ਸਮਝ ਆ ਰਹੀ। ਇੱਕ ਪਾਸੇ ਤਾਂ ਸਾਡੇ ਮੁਲਾਜ਼ਮ ਤਬਕਾ ਸਾਰਾ ਸੜਕਾਂ 'ਤੇ ਬੈਠਿਆ ਕਾਂਗਰਸ ਪਾਰਟੀ ਦੇ ਵਿਰੁੱਧ, ਪੰਜਾਬ ਸਰਕਾਰ ਦੇ ਵਿਰੁੱਧ, ਕਿ ਉਹਨਾਂ ਨੂੰ ਕੋਈ ਫੈਸਿਲਿਟੀ ਨਹੀਂ ਦੇ ਰਹੀ, ਕੋਈ ਉਹਨਾਂ ਦੀਆਂ ਨੌਕਰੀਆਂ ਪੱਕੀਆਂ ਨਹੀਂ ਹੋ ਰਹੀਆਂ। ਜਿਨ੍ਹਾਂ ਕਰਮਚਾਰੀ ਦਲ ਦੀਆਂ ਲੜਾਈਆਂ ਲੜ ਰਹੇ ਸੀਗੇ, ਅੱਜ ਜਾ ਕੇ ਉਹਨਾਂ ਦੇ ਹੀ ਨਾਲ ਰਲ ਗਏ ਹੈ। ਕੱਲ੍ਹ ਅਸੀਂ ਦੇਖਿਆ ਵੀ ਮਹਾਰਾਣੀ ਸਾਹਿਬਾਂ ਦੇ ਅੱਗੇ ਝੁੱਕੇ ਖੜ੍ਹੇ ਹੈ, ਸਮਝ ਤੋਂ ਬਾਹਰ ਹੈ ਜੀ ਉਹਨਾਂ ਨੇ ਇਹ ਕੰਮ ਕਿਉਂ ਕੀਤਾ। ਤਾਂ ਕੀ ਉੱਥੇ ਜਾ ਕੇ ਮੁਲਾਜ਼ਮ ਦਲਾਂ ਦੇ ਮੁਲਾਜ਼ਮ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਹੱਕ ਦਵਾਉਣਗੇ? ਸਾਨੂੰ ਤਾਂ ਕੋਈ ਉਮੀਦ ਨਹੀਂ ਹੈ। ਸਾਡੇ ਲਈ ਤਾਂ ਆਪ ਖੁਦ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਇਨਸਾਨ ਇੱਕ ਲੜ ਰਿਹਾ ਉੱਥੇ ਉਹਨਾਂ ਨਾਲ ਹੀ ਰਲ ਕੇ ਜਾ ਕੇ। ਬਹੁਤ ਅੱਛਾ ਮਿਲ ਰਿਹਾ ਜੀ, ਵਰਕਰਾਂ 'ਚ ਵੀ ਜੋਸ਼ ਹੈ ਔਰ ਲੋਕਾਂ 'ਚ ਵੀ ਜੋਸ਼ ਹੈ, ਸਭ ਇੱਕ ਚੇਂਜ ਚਾਹੁੰਦੇ ਨੇ ਅਤੇ ਇੱਕੋ ਹੀ ਕਮੀ ਝਾੜੂ ਤੋਂ ਹੀ ਹੈ ਕਿ ਜੋ ਚੇਂਜ ਕਰ ਸਕੇ। ਹਾਂਜੀ, ਸਾਡੇ ਮੇਨ ਮੁੱਦੇ ਹੈ ਜੀ ਜਿਹੜਾ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ, ਗਰੀਬੀ ਦੂਰ ਕਰਨਾ, ਸਕੂਲਾਂ ਦਾ, ਐਜੂਕੇਸ਼ਨ ਦਾ, ਹੈਲਥ ਦਾ, ਔਰ ਸਾਡੇ ਕਿਸਾਨ ਵੀਰ ਜਿਹੜੇ ਮੰਡੀਆਂ 'ਚ ਬੈਠੇ ਜਿਨ੍ਹਾਂ ਦੀਆਂ ਫਸਲਾਂ ਦਾ ਮੁੱਲ ਨਹੀਂ ਮਿਲ ਰਿਹਾ, ਯੂਥ ਸਾਡਾ ਨਸ਼ਿਆਂ 'ਚ ਪਿਆ, ਸਾਡੇ ਸਾਰੇ ਮੁੱਦੇ ਜਿਹੜੇ ਤਰੱਕੀ ਦੇ ਆ ਉਹ ਮੁੱਦੇ ਲੈ ਕੇ ਅਸੀਂ ਚੱਲਦੇ ਹਾਂ। ਦੇਖੋ ਜੀ, ਗਠਬੰਧਨ ਹੋਇਆ ਤਾਂ ਨਹੀਂ, ਕਹਿਣ ਨੂੰ ਤਾਂ ਬਹੁਤ ਕੁਛ ਕਹਿੰਦੇ ਨੇ, ਐਸਾ ਕੁਛ ਨਹੀਂ ਹੈ ਕਿ ਕੁਛ ਹੋਇਆ, ਇਹ ਜਦੋਂ ਕਦੇ ਹੋਇਆ ਤੁਹਾਨੂੰ ਦੱਸ ਦਾਂਗੇ, ਪਰ ਇਹੋ ਜਿਹਾ ਕੁਛ ਨਹੀਂ ਹੋ ਰਿਹਾ। ਸਾਡੀਆਂ ਸਾਰੀਆਂ 7 ਦੀਆਂ 7 ਸੀਟਾਂ ਅਨਾਊਂਸ ਕਰ ਚੁੱਕੇ ਹਾਂ। ਦੇਖੋ, ਗਾਂਧੀ ਸਾਹਿਬ ਜਦੋਂ ਜਿੱਤੇ ਹੈ ਉਦੋਂ ਝਾੜੂ 'ਤੇ ਜਿੱਤੇ ਸੀਗੇ, ਕੋਈ ਪਰਸਨਲੀ ਜਿੱਤੇ। ਅੱਜ ਜੇ ਮੈਂ ਕਹਾਂ ਨੀਨਾ ਮਿੱਤਲ ਜਿੱਤ ਜੂ, ਨੋ, ਨੀਨਾ ਮਿੱਤਲ ਵੀ ਇੱਕ ਝਾੜੂ ਕਰਕੇ ਪਹਿਚਾਣ ਹੈ ਉਹਦੀ, ਤਾਂ ਗਾਂਧੀ ਜੀ ਦੀ ਪਹਿਚਾਣ ਵੀ ਝਾੜੂ ਕਰਕੇ ਸੀਗੀ। ਪਰ ਲੋਕ ਉਹਨਾਂ ਤੋਂ ਬੜਾ ਨਿਰਾਸ਼ ਹੈ ਕਿ ਅਸੀਂ ਜਿਤਾਇਆ ਸੀਗਾ, ਆਪ ਮਾਰੇ ਚੱਲ ਕੇ ਲੋਕਾਂ ਨੇ ਖਰਚੇ ਕੀਤੇ ਸੀ, ਪਰ ਗਾਂਧੀ ਜੀ ਇੱਕ ਵਾਰ ਉਹਨਾਂ ਨੂੰ ਮਿਲਣ ਵੀ ਨਹੀਂ ਗਏ, ਇੱਕ ਵਾਰ ਧੰਨਵਾਦ ਵੀ ਨਹੀਂ ਕਰਨਗੇ। ਪੰਜਾਬ ਦੀ ਜਿਹੜੀ ਵਾਅਦਾ ਖਿਲਾਫੀ ਹੈ ਲੋਕਾਂ ਦੇ ਨਾਲ, ਉਹਦੇ ਖਿਲਾਫ ਹਰ ਮੁਹਾਜ ਦੇ ਲੋਕ ਜਿਹੜੇ ਨੇ ਉਹ ਡਟੇ ਹੋਏ ਨੇ। ਪੰਜਾਬ ਦੇ ਅੰਦਰ ਪਿੱਛੇ ਪੰਚਾਇਤੀ ਚੋਣਾਂ ਹੋਈਆਂ ਸਨ, ਔਰ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਧੱਕੇਸ਼ਾਹੀ ਕੀਤੀ ਸੀ ਔਰ ਪੈਸਿਆਂ ਦਾ ਲੈਣ ਦੇਣ ਕਰਕੇ ਉੱਥੋਂ ਦੇ ਸੰਬੰਧਿਤ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਸਨ ਉਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕੀਤੀ ਸੀ। ਉਹ ਲੋਕ ਵੀ ਸਾਡੇ ਨਾਲ ਲਗਾਤਾਰ ਸੰਪਰਕ ਕਰ ਰਹੇ ਨੇ, ਔਰ ਜਿਹੜੇ ਡਾਕਟਰ ਗਾਂਧੀ ਜਦੋਂ MP ਬਣੇ ਸਨ ਉਹਨਾਂ ਦੇ ਨਾਲ ਜਿਹੜੇ ਉਹਨਾਂ ਨੇ ਘਰ ਗਿਆ ਨੂੰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਉਹਨਾਂ ਨਾਲ ਉਹਨਾਂ ਦੀ ਆਯੋ ਭਗਤ ਨਹੀਂ ਕੀਤੀ, ਉਹਨਾਂ ਉਹ ਵੀ ਜਿਹੜੇ ਨਿਰਾਸ਼ ਹੋ ਕੇ ਉਹ ਵੀ ਸਾਡੇ ਸੰਪਰਕ ਵਿੱਚ ਨੇ। ਔਰ ਜਿਹੜੇ ਅੱਗੇ ਜਿਹੜੇ ਆ ਪਿੱਛੇ ਵਿਧਾਨ ਸਭਾ ਦੇ ਵਿੱਚ ਲੋਕ ਸੋਚਦੇ ਸਨ ਕਿ ਪਾਰਟੀ ਆਮ ਹੈ, ਚਿਹਰੇ ਖਾਸ ਨੇ, ਉਹ ਲੋਕ ਜਿਹੜੇ ਸਾਡੇ ਤੋਂ ਟੁੱਟ ਗਏ ਸਨ ਉਹ ਵੀ ਦੁਬਾਰਾ ਜੁੜੇ ਨੇ, ਔਰ ਸਾਰੇ ਅਸੀਂ ਚੇਨ ਹੈ ਜਿਹੜੀ ਉਹਨੂੰ ਬਣਾ ਕੇ, ਔਰ ਲਗਾਤਾਰ ਹੁਣ ਅਸੀਂ ਤੁਸੀਂ ਦੇਖਿਆ ਕਿ ਡੋਰ ਟੂ ਡੋਰ ਅਸੀਂ ਜਿਹੜਾ ਦੇਵੀਗੜ੍ਹ, ਭੁਨਰੇੜੀ ਔਰ ਅੱਜ ਸਨੌਰ 3 ਸਟੇਸ਼ਨਾਂ 'ਤੇ ਅਸੀਂ ਕਰਨ ਜਾ ਰਹੇ ਹਾਂ। ਔਰ ਸਾਡੇ ਇੱਥੋਂ ਦੇ ਜਿਹੜੇ ਸਾਰੇ ਸਿਪਾ ਸਲਾਰ ਨੇ, ਸਰਦਾਰ ਬਲਦੇਵ ਸਿੰਘ ਹੋਰੀ, ਸਰਦਾਰ ਮਦਨ ਜੀ ਔਰ ਜਿੰਨੇ ਸਮੁੱਚੀ ਟੀਮ ਹੈ ਜਿਹੜੀ ਸਾਡੀ, ਉਹ ਇੱਥੇ ਵੀ ਕੰਮ ਕਰਨ ਜਾ ਰਹੀ ਹੈ, ਔਰ ਅਸੀਂ ਹਲਕੇ ਦੇ ਵਿੱਚੋਂ ਅੱਛੀ ਲੀਡ ਦੇਣ ਜਾ ਰਹੇ ਹਾਂ। ਦੇਵੀਗੜ੍ਹ ਅਸੀਂ ਲੇਟ ਜ਼ਰੂਰ ਹੈਗੇ ਹਾਂ, ਪਰ ਤੁਸੀਂ ਵੇਖੋ ਰਿਜ਼ਲਟ ਜਿਹੜੇ ਨੇ ਬਿਹਤਰ ਆਉਣਗੇ, ਔਰ ਮੇਰੇ ਖਿਆਲ 'ਚ ਸਾਨੂੰ ਜ਼ਿਆਦਾ ਉਹਦੇ 'ਤੇ ਕਾਰਜ ਕਰਨ ਦੀ ਲੋੜ ਨਹੀਂ ਪਵੇਗੀ, ਕਿਉਂਕਿ ਤੁਸੀਂ ਪਿੱਛੇ ਪੰਚਾਇਤੀ ਚੋਣਾਂ 'ਚ ਦੇਖਿਆ ਸੀ ਕਿ ਜਿਵੇਂ ਦੇ ਉਹਨਾਂ ਨੇ ਕਾਰਗੁਜ਼ਾਰੀ ਦਿਖਾਈ ਹੈ, ਜਿਵੇਂ ਇੱਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਹਦਾ ਨਤੀਜਾ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ 'ਚ ਨਿਕਲੇਗਾ। ਅਸੀਂ ਪਹਿਲੇ ਇਹ ਤਾਂ ਨੀਨਾ ਮਿੱਤਲ ਜੀ ਨੇ ਅੱਜ ਦੇਵੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁੱਖ ਚੋਣ ਦਫ਼ਤਰ ਦਾ ਉਦਘਾਟਨ ਕੀਤਾ, ਇਹਨਾਂ ਨੂੰ ਐਂ ਜੀ ਕਹਿੰਦੇ ਜੀ ਐਂ ਕਹਿੰਦੇ। ਅਗਲੇ ਗੱਲ ਹੈ ਕਿ ਸਾਡੇ ਜਿਹੜੇ ਮੁੱਦੇ ਨੇ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਨੇ ਉਹ ਸਾਡਾ ਐਜੂਕੇਸ਼ਨ ਦਾ ਮੁੱਦਾ ਵੀ ਹੈ, ਕਿਉਂਕਿ ਐਜੂਕੇਸ਼ਨ ਪੱਖੋਂ ਅਸੀਂ ਹਰ ਪੱਖ ਤੋਂ ਪਛੜੇ ਹੋਏ ਹਾਂ, ਅਸੀਂ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਾਂ। ਦੂਸਰੀ ਗੱਲ ਹੈ ਕਿ ਸਾਡੇ ਇਲਾਕੇ ਦੇ ਜਿਹੜੇ ਪਰਸਨਲ ਮੁੱਦੇ ਨੇ ਅਸੀਂ ਉਹਨਾਂ ਨੂੰ ਜ਼ਿਆਦਾ ਉਜਾਗਰ ਕਰਾਂਗੇ, ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ, ਅਸੀਂ ਉਹਨਾਂ ਮੁੱਦਿਆਂ 'ਤੇ ਚੋਣ ਲੜਾਂਗੇ ਆਪਣੇ। ਪੰਜਾਬ ਦੇ ਮੁੱਦੇ ਪੰਜਾਬ ਦੇ ਲੈਵਲ 'ਤੇ ਚੜੇ ਜਾਣਗੇ, ਭਾਰਤ ਦੇ ਨਗਰ ਭਾਰਤ ਦੇ ਲੈਵਲ 'ਤੇ ਲੜਾਂਗੇ, ਪਰ ਅਸੀਂ ਹਲਕੇ ਸਨੌਰ ਦੇ ਮੁੱਦਿਆਂ ਦੇ ਲੈਵਲ 'ਤੇ ਜ਼ੋਰ ਜ਼ਿਆਦਾ ਦੇਵਾਂਗੇ।